a south eastern canadian channel ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹਨਾਂ ਦੀ ਸੋਚ ਹੈ ਕਿ ਲੋਕਾਂ ਨੂੰ ਜਿਹੜੀ ਹਰ ਸਹੂਲਤ ਹੈ ਉਹ ਘਰੇ ਜਿਹੜੀ ਮਹੱਈਆ ਕਰਵਾਈ ਜਾਵੇ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੈ ਉਹ ਖਤਮ ਕੀਤੀ ਜਾਵੇ ਸੋ ਉਸੇ ਆਦੇਸ਼ ਤੇ ਚੱਲਦੇ ਹੋਏ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਾਡੇ ਜਿਹੜਾ ਗਵਰਨਰਸ ਰਿਫਾਰਮ ਡਿਪਾਰਟਮੈਂਟ ਹੈ ਅਸੀਂ ਇੱਕ ਬਹੁਤ ਵੱਡੀ ਜਿਹੜੀ ਸਹੂਲਤ ਹੈ ਉਹ ਲੋਕਾਂ ਨੂੰ ਦੇਣ ਜਾ ਰਹੇ ਹਾਂ 283 ਸੇਵਾਵਾਂ ਜਿਹੜੀਆਂ ਅਸੀਂ ਆਨਲਾਈਨ ਕਰਨ ਜਾ ਰਹੇ ਹਾਂ ਜਿਹਦੇ ਨਾਲ ਲੋਕਾਂ ਦੀ ਖੱਜਲਖੁਆਰੀ ਵੀ ਖਤਮ ਹੋਊਗੀ ਤੇ ਘਰ ਬੈਠੇ ਉਹਨਾਂ ਨੂੰ WhatsApp ਤੇ ਜਿਹੜੀ ਸਹੂਲਤ ਹੈ ਇਹ ਆਨਲਾਈਨ ਜਿਹੜੀ ਆ ਪ੍ਰੋਵਾਈਡ ਹੋਊਗੀ ਉਦਾਹਰਨ ਤੌਰ ਤੇ ਪਿਛਲੇ ਸਮੇਂ ਚ ਕੀ ਹੁੰਦਾ ਸੀ ਜੇ ਕਿਸੇ ਨੂੰ ਜਾਤੀ ਸਰਟੀਫਿਕੇਟ ਚਾਹੀਦਾ ਹੈ ਕਿਸੇ ਨੂੰ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਤਾਂ ਉਹਨੂੰ ਪਹਿਲਾਂ ਉਹ ਸੁਵਿਧਾ ਕੇਂਦਰ ਜਾ ਕੇ ਅਪਲਾਈ ਕਰਦਾ ਸੀ ਤਾਂ ਉਸ ਤੋਂ ਬਾਅਦ ਜਦੋਂ ਸਰਟੀਫਿਕੇਟ ਸੁਵਿਧਾ ਕੇਂਦਰ ਚ ਬਣ ਕੇ ਆਉਂਦਾ ਸੀ ਤਾਂ ਨੂੰ ਹੋਲੋਗ੍ਰਾਮ ਉੱਥੋਂ ਲਵਾ ਕੇ ਸਾਈਨ ਜਿਹੜੇ ਆ ਉਹ ਕਰਵਾਉਣੇ ਪੈਂਦੇ ਸੀ ਸਬਧਾ ਕੇਂਦਰ ਦੇ ਵਿੱਚੋਂ ਫਰਜ਼ ਕਰ ਲਓ ਕਿਸੇ ਬੱਚੇ ਨੇ ਪੰਜ ਅਲੱਗ-ਅਲੱਗ ਕਾਲਜਸ ਦੇ ਵਿੱਚ ਐਡਮਿਸ਼ਨ ਲਈ ਅਪਲਾਈ ਕਰਨਾ ਤਾਂ ਉਹਨੂੰ ਪੰਜ ਜਾਤੀ ਸਰਟੀਫਿਕੇਟ ਚਾਹੀਦੀ ਹੈ ਇਨਕਮ ਸਰਟੀਫਿਕੇਟ ਚਾਹੀਦੀ ਹੈ ਤਾਂ ਉਹਨੂੰ ਹਰ ਵਾਰੀ ਹੋਲੋਗ੍ਰਾਮ ਵੀ ਲਵਾਉਣਾ ਪੈਂਦਾ ਸੀ ਫਿਜ਼ੀਕਲੀ ਉੱਥੇ ਜਾ ਕੇ ਹਰ ਵਾਰੀ ਜਿਹੜੇ ਸਾਈਨ ਵੀ ਆ ਉਹ ਕਰਵਾਉਣੇ ਪੈਂਦੇ ਸੀ ਪਰ ਜਿਹੜੀ ਇਹ ਨਵੀਂ ਸਹੂਲਤ ਮਾਨ ਸਰਕਾਰ ਨੇ ਜਿਹੜੀ ਸ਼ੁਰੂ ਕੀਤੀ ਹੈ ਇਹਦੇ ਨਾਲ ਤੁਹਾਨੂੰ ਕਿਤੇ ਫਿਜ਼ੀਕਲੀ ਸੁਵਿਧਾ ਕੇਂਦਰ ਜਾਣ ਦੀ ਜਰੂਰਤ ਨਹੀਂ ਤੁਸੀਂ ਇੱਕ ਵਾਰੀ ਅਪਲਾਈ ਕਰਨਾ ਉਸ ਤੋਂ ਬਾਅਦ WhatsApp ਤੇ ਜਿਹੜਾ ਤੁਹਾਨੂੰ ਸਰਟੀਫਿਕੇਟ ਹੈ ਉਹ ਜਿਹੜਾ ਆਜੂਗਾ ਆਨਲਾਈਨ ਜਿਹੜਾ ਤੁਹਾਨੂੰ ਸਰਟੀਫਿਕੇਟ ਆਜੂਗਾ ਤੇ ਉਹ ਜਿਹੜਾ ਸਰਟੀਫਿਕੇਟ ਹੋਊਗਾ WhatsApp ਤੇ ਉਤੇ ਕੋਈ ਹਾਲੋਗ੍ਰਾਮ ਨਹੀਂ ਲਗਾਉਣਾ ਕੋਈ ਸਾਈਨ ਨਹੀਂ ਕਰਵਾਉਣਾ ਤੇ ਅੱਜ ਅਸੀਂ ਨੋਟੀਫਿਕੇਸ਼ਨ ਜਿਹੜੀ ਇਹਦੀ ਕਰ ਦਿੱਤੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਉਹ ਸਾਰੇ ਯੂਨੀਵਰਸਿਟੀ ਦੇ ਵਿੱਚ ਉਹ ਸਾਰੀ ਜਿਹੜੀ ਐਮਬੈਸੀਜ਼ ਦੇ ਵਿੱਚ ਕੋਈ ਵੀ ਚਾਹੇ ਕੋਈ ਪ੍ਰਾਈਵੇਟ ਸੰਸਥਾ ਕਿਤੇ ਚਾਹੀਦਾ ਚਾਹੇ ਕੋਈ ਸਰਕਾਰੀ ਕਿੱਥੇ ਵੀ ਚਾਹੀਦਾ ਉਹ ਉਹਨੂੰ ਵੈਲਿਡ ਹੈ ਜਿਹੜਾ ਉਹ ਮੰਨਿਆ ਜਾਊਗਾ। A South Asian Canadian Channel.